ਗੁਰਮਖ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਆਪਾਂ ਜੜੀਆਂ ਖਾਸ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਗੁਰਮਖੋ ਉਹ ਇਹ ਨੇ ਕਿ ਜਿਸ ਤਰ੍ਹਾਂ ਪੰਜਾਬ ਦੇ ਹਾਲਾਤ ਜਿਹੜੇ ਨੇ ਵਿਗੜਦੇ ਜਾ ਰਹੇ ਨੇ ਉਹਦਾ ਅਸਲ ਕਾਰਨ ਕੀ ਹੈ ਤੇ ਆਪਾਂ ਸੰਗਤ ਦੇ ਰੂਪ ਦੇ ਵਿੱਚ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਾਰੇ ਜਣੇ ਫਤਿਹ ਬੁਲਾਓ ਆਰੰਭਤਾ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਜਿਸ ਤਰ੍ਹਾਂ ਸੰਦੀਪ ਸਿੰਘ ਸਣੀ ਉਹ ਨੌਜਵਾਨ ਉਹ ਲੜਕਾ ਜਿਸ ਦਾ ਅੱਜ ਨਾਮ ਕਾਫੀ ਚਰਚਾ ਦੇ ਵਿੱਚ ਹੈ ਜਿਸ ਨੇ ਸੁਦੀਰ ਸੂਰੀ ਦਾ ਸੋਧਾ ਲਾਇਆ ਵਾ ਸੋ ਗੁਰਮਖੋ ਉਸ ਨੌਜਵਾਨ ਦੇ ਬਾਰੇ ਭਾਵੇਂ ਕੋਈ ਕੁਝ ਬੋਲੀ ਜਾਵੇ ਕੋਈ ਕੁਝ ਕਹੀ ਜਾਵੇ ਚਲੋ ਗੱਲਾਂ ਜਿਹੜੀਆਂ ਨੇ अनेका ਹੀ ਬਣ ਜਾਂਦੀਆਂ ਨੇ ਚਲ ਕਹਿੰਦੇ ਨੇ ਇੱਕ ਗੱਲ ਤੇ अनेका ਮੂੰਹ ਤੇ ਗੱਲ ਦਾ ਰੂਪ ਹੀ ਕੁਝ ਹੋਰ ਹੋ ਜਾਂਦਾ ਤੇ ਉਹ ਆਪਾਂ ਨੂੰ ਸਾਰਾ ਕੁਝ ਵੇਖਣਾ ਪੈਂਦਾ ਫਿਰ ਸਾਰੀਆਂ ਗੱਲਾਂ ਵਾਤ ਆਪਾਂ ਜਾਣਦੇ ਆ ਦੁਨੀਆਦਾਰੀ ਦੇ ਵਿੱਚ ਹੀ ਰਹਿੰਦੇ ਆ ਸੋ ਅੱਜ ਉਦੀ ਜਾਇਦਾਦ ਬਾਰੇ ਅਨੁਮਾਨ ਲਾਏ ਜਾ ਰਹੇ ਨੇ ਉਦੀ ਜਾਇਦਾਦ ਬਾਰੇ ਅੰਦਾਜ਼ੇ ਲਾਏ ਜਾ ਰਹੇ ਨੇ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਕੋਈ ਕਹਿੰਦਾ ਜੀ ਉਹਦੇ ਕੋਲੇ ਕਰੋੜਾਂ ਦੀ ਜਾਇਦਾਦ ਹੈ ਕੋਈ ਕਹਿੰਦਾ ਉਹਦੇ ਕੋਲੇ ਅਰਬਾਂ ਰੁਪਈਆ ਹੈ ਕੋਈ ਕੁਝ ਕਹਿੰਦਾ ਚਲੋ ਵੈਸੇ ਲੋਕਾਂ ਦਾ ਮੂੰਹ ਨਹੀਂ ਫੜਿਆ ਜਾ ਸਕਦਾ ਇਹ ਤਾਂ ਕਹਿੰਦੇ ਹੀ ਰਹਿੰਦੇ ਨੇ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਸੋ ਪਿਆਰਿਓ ਮੈਂ ਇੱਕ ਬੇਨਤੀ ਸਾਫ਼ ਕਰ ਦੇਵਾਂ ਜਦੋਂ ਕੋਈ ਗੱਲ ਦੂਜਾ ਕਵੇ ਤਾਂ ਦੁੱਖ ਨਹੀਂ ਲੱਗਦਾ ਹੁੰਦਾ ਜਦੋਂ ਕੋਈ ਆਪਣਾ ਕਵੇ ਨਾ ਫਿਰ ਬਹੁਤਾ ਦੁੱਖ ਲੱਗਦਾ ਹੈ ਬਸ ਫਰਕ ਤਾਂ ਇੰਨਾ ਕੁ ਹੈ ਕਹਿੰਦੇ ਨੇ ਦੂਜਾ ਕੋਈ ਨਾਂ ਬੁਲਾਵੇ ਜਿਹੜਾ ਜਾਣਦੇ ਨਹੀਂ ਉਹਦਾ ਦੁੱਖ ਨਹੀਂ ਹੁੰਦਾ ਜਦੋਂ ਕੋਈ ਆਪਣਾ ਬਿਨਾਂ ਬੁਲਾਇਆਂ ਕੋਲੋਂ ਲੰਘ ਜਾਵੇ ਨਾ ਫਿਰ ਕਹਿੰਦੇ ਦਿਲ ਤੇ ਛੁਰੀ ਫਿਰ ਜਾਂਦੀ ਆ ਤੇ ਅੱਜ ਦੁੱਖ ਜਿਹੜਾ ਦੂਜੇ ਕਰਦੇ ਨੇ ਸ਼ਿਵ ਸੈਨਾ ਵਾਲੇ ਕਰਨ ਜਾਂ ਹੋਰ ਕੋਈ ਕਰਨ ਉਹਨਾਂ ਦਾ ਦੁੱਖ ਨਹੀਂ ਪਰ ਜਿਹੜੇ ਆਪਣੇ ਅੱਜ ਇਸ ਗੱਲ ਤੇ ਬਹੁਤ ਜ਼ਿਆਦਾ ਪ੍ਰੋਗਰਾਮ ਉਲੀਕਰੇ ਨੇ ਜャ ਜਿਹੜੇ ਸੰਦੀਪ ਸਣੀ ਤੇ ਕਾਟਾਕਸ਼ ਕਰ ਰਹੇ ਨੇ ਤੰਜ ਕਸ ਰਹੇ ਨੇ ਜਿਹੜੇ ਕਹਿੰਦੇ ਹਾਏ ਜੀ ਕਤਲੋਗਾਰਤ ਮਚ ਗਈ ਹਾਏ ਜੀ ਐ ਹੋ ਗਿਆ ਆਪਣਿਆਂ ਨੂੰ ਟਾਰਗੇਟ ਕਰ ਰਹੇ ਨੇ ਆਪਣਿਆਂ ਦੇ ਉੱਪਰ ਉਹ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾ ਰਹੇ ਨੇ ਉਹ ਲੋਕਾਂ ਦੀ ਮੈਂ ਗੱਲ ਕਰ ਰਿਹਾ ਵੀ ਉਹਦਾ ਬੜਾ ਦੁੱਖ ਲੱਗਦਾ ਹੈ ਜਿਹੜੇ ਲੋਕ ਅਕਾਲ ਤਖਤ ਸਾਹਿਬ ਤੇ ਹੋਏ ਹਮਲੇ ਦਾ ਸਵਾਗਤ ਕਰਦੇ ਰਹੇ ਨੇ ਤੇ ਅੱਜ ਉਹ ਲੋਕ ਸਰਕਾਰ ਦੀ ਬੁੱਕਲ ਦੇ ਵਿੱਚ ਵੜ ਕੇ ਦੁਬਾਰਾ ਤੋਂ ਅਮਰਤਪਾਲ ਸਿੰਘ ਦੇ ਬਾਰੇ ਬੋਲਦੇ ਨੇ ਤੇ ਸੰਦੀਪ ਸਣੀ ਦੇ ਬਾਰੇ ਬੋਲਦੇ ਨੇ ਤੇ ਸੁਧੀਰ ਸੂਰੀ ਦੇ ਹੱਕ ਦੇ ਵਿੱਚ ਭੁਗਤ ਰਹੇ ਨੇ ਓੜਾ ਵਾਲਾ ਦੁੱਖ ਹੈ ਪੱਗਾਂ ਬੰਨੀਆਂ ਨੇ ਦਾੜੇ ਰਖੇ ਨੇ ਤੇ ਲਾਲਚ ਕਾਦਾ ਟਿਕਟਾਂ ਦਾ ਆਪਣੀ ਰਾਜਨੀਤੀ ਦਾ ਫੋਕੀ ਚੌਧਰ ਦਾ ਸ਼ੌਹਰਤ ਦਾ ਤੇ ਜਦੋਂ ਪਾਰਟੀਆਂ ਵਾਲੇ ਕੱਢ ਦਿੰਦੇ ਨੇ ਕੁੱਤੇ ਵਾਂਗੂ ਡੰਡਾ ਮਾਰ ਕੇ ਫੇਰ ਉਹਨਾਂ ਦੇ ਖਿਲਾਫ ਬੋਲਣ ਲੱਗ ਜਾਂਦੇ ਨੇ ਆ ਦੇਖਿਆ ਨਾ ਤੁਸੀਂ ਪਹਿਲਾਂ ਹੁਣੀ ਹੋ ਕੇ اٹਿਆ ਜੇ ਕੋਈ ਬਾਹਲਾ ਵੱਡਾ ਕੰਮ ਤੇ ਹੈ ਨਹੀਂ ਜੰਗੀਰ ਕੌਰ ਜਿਹੜੀ ساری ਉਮਰ ਅਕਾਲੀ ਦਲ ਦੇ ਵਿੱਚ ਰਹੀ ਹੈ ਬਾਦਲ ਨੇ ਹਮੇਸ਼ਾ ਉਹਦਾ ਪੱਖ ਪੂਰਿਆ ਅਕਾਲੀ ਦਲ ਦੇ ਵਿੱਚ ਜੰਗੀਰੋ ਨੇ ਬੜਾ ਕੁਝ ਕੀਤਾ ਪਰ ਜਿਵੇਂ ਅਕਾਲੀ ਦਲ ਨੇ ਉਹਨੂੰ ਆਊਟ ਕਰਤਾ ਬਾਹਰ ਕੱਢਤਾ ਤੇ ਅੱਜ ਕਿਵੇਂ ਰੋਂਦੀ ਹੈ ਅੱਖਾਂ ਚੋਂ ਖਸੁੰ ਦੇ ਕੇ ਵੇਖਿਆ ਹੀ ਆ ਤੁਸੀਂ ਗੁਰਮਖੋ ਮੈਂ ਬੇਨਤੀ ਕਰਨਾ ਉਹਨਾਂ ਦਾ ਬੜਾ ਦੁੱਖ ਲੱਗਦਾ ਹੈ ਜਿਹੜੇ ਆਪਣਿਆਂ ਦੀ ਹੀ ਵੱਢੀ ਕਰਦੇ ਰਹਿੰਦੇ ਨੇ ਅੱਜ ਇੱਕ ਕਹਾਵਤ ਹੈ ਤੁਸੀਂ ਸਾਰਿਆਂ ਨੇ ਵੇਖੀ ਉਹ ਵੈਸੇ ਤੇ ਅਸੀਂ ਕਈ ਵਾਰ ਸਟicker ਵੀ ਬਣਵਾ ਕੇ ਬੰਡੇ ਨੇ ਕਈ ਵਾਰੀ ਮੇਰੇ ਵੀਰਾਂ ਨੇ ਬਾਹਰਲੇ ਭੈਣ ਭਰਾ ਸੇਵਾ ਕਰਦੇ ਨੇ ਕਹਿੰਦੇ ਸਿੱਖ ਦੀ ਕੋਈ ਜਾਤ ਨਹੀਂ ਜਿਸ ਦੀ ਜਾਤ ਹੈ ਉਹ ਸਿੱਖ ਨਹੀਂ ਉਹ ਸਟicker ਤੁਸੀਂ ਵੇਖੇ ਹੋਣੇ ਤੇ ਇੱਕ 스티커 ਹੋਰ ਛੱਪ ਦੇ ਨੇ ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ ਇਹ 스티커 ਤੁਸੀਂ ਸ਼ਾਇਦ ਲੱਗੇ ਵੇਖੇ ਹੋਣੇ ਖਾਸ ਕਰਕੇ ਅਨੰਦਪੁਰ ਸਾਹਿਬ ਉਹ 스티ਕਰ ਜਿਹੜੇ ਆ ਨਾ ਵੰਡੇ ਜਾਂਦੇ ਆ ਲਾਏ ਜਾਂਦੇ ਆ ਗੱਡੀਆਂ ਤੇ ਤੇ ਮੈਨੂੰ ਉਸ ਗੱਲ ਦੇ ਵਿੱਚ ਪੂਰੀ ਸਹਿਮਤੀ ਦਿੰਦੀ ਹੈ ਪੂਰੇ ਹਾਲਾਤ ਨੇ ਜਿਸ ਤਰ੍ਹਾਂ ਅੱਜ ਸਾਡੇ ਲੋਕ ਸਿੱਖੀ ਦਾ ਕਹਾਣ ਕਰ ਰਹੇ ਨੇ ਇਹ ਕਹਾਣੀ ਹੈ ਸਿੱਖੀ ਦਾ ਸਿਰ ਤੇ ਪੱਗਾਂ ਬੰਨੀਆਂ ਨੇ ਗੱਤਰੇ ਕਿਰਪਾਨਾਂ ਪਾਈਆਂ ਨੇ ਤੇ ਉਹ ਲੋਕ ਸਰਕਾਰਾਂ ਦਾ ਪੱਖ ਪੂਰ ਰਹੇ ਨੇ ਉਹ ਲੋਕ ਕਾਨੂੰਨ ਦਾ ਪੱਖ ਪੂਰ ਰਹੇ ਨੇ ਉਹ ਲੋਕ ਆਪਣਿਆਂ ਦਾ ਸਾਥ ਦੇਣ ਦੀ بجائے ਉਹਨਾਂ ਦੇ ਅੰਗੇਸ਼ਟ ਖੜੇ ਹੋਏ ਨੇ ਉਹਨਾਂ ਦੇ ਰੋੜੇ ਬਣੇ ਹੋਏ ਨੇ ਰਾਹ ਦੇ ਉਹਨਾਂ ਦੇ ਖਿਲਾਫ ਲੜ ਰਹੇ ਨੇ ਐ ਕਰਦੇ ਨੇ ਜੀ ਸਿੱਖ ਐ ਕਰਦੇ ਨੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ ਸਿੱਖ ਨਹੀਂ ਹੈਗੇ ਵੈਸੇ ਤਾਂ ਮੈਂ ਗੱਲ ਕਰੂੰਗਾ ਉਹ ਸਿੱਖ ਨਹੀਂ ਹੈਗੇ ਉਹ ਤਾਂ ਕੇਵਲ ਇੱਕ ਆਮ ਸਿੱਖ ਨੇ ਭੇਖੀ ਸਿੱਖ ਨੇ ਦੰਬੀ ਸਿੱਖ ਨੇ ਜਿਹੜਿਆ ਨੇ ਕੇਵਲ ਬਾਣੇ ਤਾਂ ਪਾਏ ਨੇ ਕਕਾਰ ਤਾਂ ਪਹਿਨੇ ਨੇ ਪਰ ਉਹ ਅਸਲ ਲੋਕ ਨਹੀਂ ਹੈਗੇ ਜਿਹੜੇ ਲੋਕ ਸਿੱਖੀ ਨਾਲ ਜੁੜੇ ਹੋਣੇ ਚਾਹੀਦੇ ਆ ਜਿਹੜੇ ਲੋਕ ਸਿੱਖੀ ਦੇ ਧਾਰਨੀ ਨੇ ਸਿੱਖੀ ਦੇ ਪੈਰਵੀ ਨੇ ਉਹ ਲੋਕ ਨਹੀਂ ਹੈਗੇ ਉਹ ਮੇਰੀ ਬੇਨਤੀ ਨੂੰ ਸਮਝਿਓ ਗੁਰਮਖੋ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਨਾ ਨਾ ਉਹਨੂੰ ਜਰਾ ਧਿਆਨ ਨਾਲ ਸੁਣਿਓ ਕੇ ਸੰਦੀਪ ਸਣੀ ਤੇ ਗੱਲਾਂ-ਬਾਤਾਂ ਕਰਨ ਵਾਲੇ ਉਹਦੀ ਜਾਇਦਾਦ ਬਾਰੇ ਬੋਲਣ ਵਾਲੇ ਮੈਨੂੰ ਇਸ ਗੱਲ ਦਾ ਜਵਾਬ ਦੇਣ ਕਿ ਉਹਨਾਂ ਕੋਲੇ ਕਿੰਨੀਆਂ ਕੁ ਜਾਇਦਾਦਾਂ ਨੇ ਪਹਿਲਾਂ ਆਪਣੇ ਵੇਰਵੇ ਦੇਣ ਆਪਣੀਆਂ ਕੱਚ ਦੇ ਵਿੱਚ ਦੂਜੇ ਦੀਆਂ ਹੱਥ ਦੇ ਵਿੱਚ ਉਹ ਲੋਕ ਇਦਾਂ ਰੱਖੀ ਬੈਠੇ ਨੇ ਮੈਨੂੰ ਹੈਰਾਨਗੀ ਹੈ ਕਿ ਉਹ ਲੋਕ ਅੱਜ ਅਜਿਹੀਆਂ ਗੱਲਾਂ ਕਰ ਰਹੇ ਨੇ ਅਜਿਹੀਆਂ ਬਾਤਾਂ ਘੜ ਰਹੇ ਨੇ ਇਹਦਾ ਬੜਾ ਦੁੱਖ ਲੱਗਦਾ ਹੈ ਕਿ ਅਸਲ ਦੇ ਵਿੱਚ ਉਹ ਲੋਕ ਕਰ ਕੀ ਰਹੇ ਨੇ ਗੁਰਮੁਖ ਪਿਆਰਿਓ ਸੰਦੀਪ ਸਣੀ ਦੀਆਂ ਜਾਇਦਾਦਾਂ ਮਾਪਣ ਵਾਲੇ ਲੋਕ ਅੱਜ ਆਪਣੇ ਵਾਲੇ ਕਿਉਂ ਨਹੀਂ ਬੋਲਦੇ ਜਿਹੜੇ ਕਹਿੰਦੇ ਜੀ ਸੰਦੀਪ ਸਣੀ ਨੂੰ ਬਾਹਰੋਂ ਫੰਡ ਆ ਗਿਆ ਜੀ ਉਹਨੂੰ ਐ ਆ ਗਿਆ ਜੀ ਉਹਨੂੰ ਉਹ ਆ ਗਿਆ ਜੀ ਮੈਂ ਬੇਨਤੀ ਕਰੂੰਗਾ ਪਿਆਰਿਓ ਉਹਨੂੰ ਤਾਂ ਬਾਹਰੋਂ ਫੰਡ ਆ ਗਏ ਤੁਸੀਂ ਦਾ ਬਾਹਰੋਂ ਫੰਡ ਲੈਣ ਵਾਲੀ ਗੱਲ ਹੀ ਨਾ ਕੋਈ ਕਰੀ ਕਨੇਜੂ ਸੂਰੀ ਦਾ ਸੌਦਾ ਕਾਤਾ ਲਾਤਾ ਜੀ ਉਹਨੂੰ ਪੈਸਾ ਬੜਾ ਆ ਗਿਆ ਜੀ ਉਹਨੂੰ ਐ ਕਰਤਾ ਜੀ ਤੁਸੀਂ ਦਵਾ ਕੇ ਆਏ ਸੀ ਕੋਲੇ ਹੋ ਕੇ ਇੱਕ ਵੀ ਬੰਦਾ ਫੜ ਕੇ ਸਾਹਮਣੇ ਕਰ ਦੋ ਵੀ ਇਸ ਬੰਦੇ ਨੇ ਪੈਸੇ ਪਾਤੇ ਇੱਕ ਵੀ ਬੰਦਾ ਫੜ ਕੇ ਸਾਹਮਣੇ ਕਰ ਦੋ ਕਿ ਉਸ ਬੰਦੇ ਨੂੰ ਇੰਨਾ ਲੱਖ ਰੁਪਇਆ ਆ ਗਿਆ ਜਿਹਾ ਆਇਆ ਜੀ ਫਲਾਣਾ ਆ ਗਿਆ ਜੀ ਕਹਿਣ ਨੂੰ ਤਾਂ ਭਾਵੇਂ ਤੁਸੀਂ ਬਹੁਤ ਕੁਝ ਕਹੀ ਜਾਵੋ ਪਰ ਅਜੇ ਸੱਚ ਨਹੀਂ ਹੈ ਬਿਲਕੁਲ ਵੀ ਸਚਾਈ ਨਹੀਂ ਇਹਦੇ ਵਿੱਚ ਬਿਲਕੁਲ ਵੀ ਇਹ ਸੱਚੀ ਗੱਲ ਨਹੀਂ ਹੈ ਐਵੇਂ ਝੂਠੀਆਂ ਗੱਲਾਂ ਪ੍ਰਚਾਰ ਦੇ ਰਹੇ ਨੇ ਝੂਠ ਬੋਲਦੇ ਰਹਿੰਦੇ ਨੇ ਕਫਰ ਤੋਲਦੇ ਰਹਿੰਦੇ ਨੇ ਇਹਦੇ ਵਿੱਚ ਕੋਈ ਸਚਾਈ ਨਹੀਂ ਆਮ ਘਰ ਦਾ ਆਮ ਪਰਿਵਾਰ ਦਾ ਮੁੰਡਾ ਹੈ ਆਪਣੀ ਕਿਰਤ ਕਮਾਈ ਕਰਦਾ ਹੈ ਕੱਪੜੇ ਦੀ ਦੁਕਾਨ ਹੈ ਰੈਡੀमेड ਕਪੜਾ ਸ਼ਾਇਦ ਵੇਚਦੇ ਨੇ ਚਲੋ ਅੱਜ ਕੱਲ ਹਰ ਇੱਕ ਦਾ ਕੋਈ ਨਾ ਕੋਈ ਕਾਰੋਬਾਰ ਹੈ ਮਿਹਨਤ ਕਰਦਾ ਹੈ ਆਪਣੀ ਮਿਹਨਤ ਹੈ ਜੇ ਕੁਝ ਹੈਗਾ ਵੀ ਹੈ ਕੋਲੇ ਤਾਂ ਆਪਣੀ ਮਿਹਨਤ ਦਾ ਆ ਕਿਸੇ ਤੋਂ ਮੰਗਿਆ ਤਾਂ ਨਹੀਂ ਚੋਰੀ ਤਾਂ ਨਹੀਂ ਕੀਤੀ ਡਾਕਾ ਤਾਂ ਨਹੀਂ ਮਾਰਿਆ ਦੱਸੋ ਜੇ ਕੋਈ ਉਹਨੇ ਨਜਾਇਜ਼ ਕੰਮ ਕੀਤਾ ਹੈ ਬੜਾ شریف ਹੈ ਤੇ ਐਵੇਂ ਲੋਕ ਜਿਹੜੇ ਭੌਂਕਣ ਵਾਲੇ ਨੇ ਬੋਲਣ ਵਾਲੇ ਨੇ ਮੈਨੂੰ ਮਾਫ ਕਰਿਓ ਮੈਂ ਸ਼ਬਦ ਬੋਲ ਰਿਹਾ ਹਾਂ ਕਿ ਇਹ ਲੋਕ ਅਜਿਹੇ ਲੋਕ ਨੇ ਜਿਹੜੇ ਆਪ ਤਾਂ ਕੁਝ ਕਰ ਨਹੀਂ ਸਕਦੇ ਜੇ ਕੋਈ ਦੂਜਾ ਕਰਦਾ ਹੈ ਤਾਂ ਉਹਦੇ ਤੇ ਇੱਕ ਟਾਕਸ਼ੀ ਕਰਨ ਜਾਣਦੇ ਨੇ ਸਿਰਫ ਬੋਲਣ ਜਾਣਦੇ ਨੇ ਜ਼ੁਬਾਨ ਦੇ ਜਿਹੜੇ ਲੋਕ ਨੇ ਨਾ ਇਹ ਬਸ ਵਾਰ ਕਰਨਾ ਜਾਣਦੇ ਨੇ ਹੋਰ ਨਹੀਂ ਕੁਝ ਕਰ ਸਕਦੇ ਜੇ ਕੁਝ ਕਰਨ ਵਾਲੇ ਹੁੰਦੇ ਤਾਂ ਸਭ ਤੋਂ ਪਹਿਲਾਂ ਸੂਰੀ ਵਰਗਿਆਂ ਨੂੰ ਇਹਨਾਂ ਨੇ ਸੋਧਾ ਨਾ ਲਾਇਆ ਹੁੰਦਾ ਸੋ ਇਹਦੇ ਵਿੱਚ ਕੋਈ ਸੱਚਾਈ ਨਹੀਂ ਐਵੇਂ ਨਾ ਭੜਕਿਆ ਕਰੋ ਬੋਲਿਆ ਕਰੋ ਕਿਸੇ ਦੀਆਂ ਗੱਲਾਂ ਵਿਚਾਇਆ ਕਰੋ ਉਹ ਨੌਜਵਾਨ ਕੋਲੇ ਕੋਈ ਜਾਇਦਾਦ ਨਹੀਂ ਹੈ ਵਖਰੀ ਆਪਣਾ ਰੋਟੀ ਦਾ ਇੱਕ ਸਾਧਨ ਸੀ ਦੁਕਾਨ ਹੁਣ ਆਪ ਜੇਲ੍ਹ ਚ ਚਲਿਆ ਗਿਆ ਉਹਦੇ ਭਾਈ ਕਰਨਗੇ ਉਹਦੇ ਘਰ ਵਾਲੀ ਕਰੇਗੀ ਚਲੋ ਮਿਹਨਤ ਆਪਣੀ ਜੋ ਵੀ ਆ ਕਪੜੇ ਵੇਚਣਗੇ ਜੋ ਪੈਸੇ ਹੋਣਗੇ ਉਹਦੇ ਨਾਲ ਗੁਜ਼ਾਰਾ ਹੋ ਜਾਊਗਾ ਇਸ ਕਰਕੇ ਬਹੁਤੀਆਂ ਗੱਲਾਂ ਨਹੀਂ بس ਇੰਨੀਆਂ ਕੁ ਬੇਨਤੀਆਂ ਮੈਂ ਕਰਨੀਆਂ ਚਾਹੁੰਦਾ ਸੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ